ਸਾਡੇ ਨਾਲ ਕਿਸਾਨ ਆਗੂ ਨੇ ਜੋ ਕਿ ਭਜਨ ਲਾਲ ਜੀ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਆਏ ਹੋਏ ਨੇ ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਵੀ ਇਹਨਾਂ ਦਾ ਕਿਹੜਾ ਸ਼ਹਿਰ ਆ ਅਤੇ ਕਿਹੜਾ ਪਿੰਡ ਆ। ਹਾਂਜੀ, ਮੈਂ ਜੀ ਫਾਜ਼ਿਲਕਾ। ਅੱਛਾ, ਫਾਜ਼ਿਲਕਾ ਦੇ ਨਾਲ ਆ ਪਿੰਡ 'ਚ ਸਾਡਾ ਲਾਧੂਕਾ ਟੂਲ ਪਲਾਜ਼ਾ ਥੇ ਕਲੰਦਰ। ਮੈਂ ਕਿਸਾਨ ਯੂਨੀਅਨ ਡਕੌਦਾ ਵੱਲੋਂ ਤਾਂ ਅਸੀਂ ਅੱਗੇ ਵੀ ਸਾਨੂੰ ਸਮਾਂ ਮਿਲਿਆ ਇੱਥੇ ਆਉਣ ਦਾ ਅਤੇ ਅਸੀਂ ਕੱਲ੍ਹ ਵੀ ਆਏ ਹਾਂ। ਤਾਂ ਸਾਥੀਓ, ਗੱਲ ਇਹ ਹੈ ਵੀ ਇੱਕ ਹੁੰਦਾ ਬਿੱਲ, ਇੱਕ ਹੁੰਦਾ ਆਰਡੀਨੈਂਸ। ਆਰਡੀਨੈਂਸ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਮਤਲਬ ਸੋਚੀ ਸਮਝੀ ਰਣਨੀਤੀ ਦੇ ਨਾਲ ਲਿਆਂਦਾ ਗਿਆ ਹੈ। ਬਿੱਲ ਦਾ ਮਤਲਬ ਇਹ ਹੈ ਵੀ ਬਿੱਲ ਨੂੰ ਵਿਚਾਰਾਧੀਨ ਕੀਤਾ ਜਾ ਸਕਦਾ ਹੈ। ਤਾਂ ਇਹਨਾਂ ਨੇ ਆਪਦੀ ਜਿਹੜੀ ਗੁੰਡੀ ਰਾਜਨੀਤੀ ਕਹਿ ਲਓ ਜਾਂ ਇਹਨਾਂ ਦੀ ਹੋਛੀ ਰਾਜਨੀਤੀ ਕਹਿ ਲਓ, ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਜਿਹੜਾ 5 ਜੂਨ 2020 ਨੂੰ ਜਿਹੜੇ 5 ਬਿੱਲ ਲਿਆਂਦੇ ਹੈ ਤਾਂ ਬੜੇ ਦੁਖਦਾਈ ਹੈ। ਔਰ ਉਸ ਦੁਖਦਾਈ ਸਮੇਂ ਨੂੰ ਦੇਖਦੇ ਹੋਏ ਅੱਜ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦਾ ਨਹੀਂ ਸਾਰੇ ਦੇਸ਼ ਦਾ ਜਿਹੜਾ ਵੱਡਾ ਅੰਦੋਲਨ ਬਣ ਗਿਆ। ਔਰ ਸਾਨੂੰ ਉਮੀਦ ਹੈ ਵੀ ਇਹ ਬਿੱਲ ਜਿਹੜੇ ਅਸੀਂ 5 ਦੇ 5 ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਕਰਾ ਕੇ ਔਰ ਮੋਦੀ ਸਰਕਾਰ ਜਿਹੜੀ ਨੱਕ 'ਚ ਦਮ ਕਰਾ ਕੇ ਜਾਵਾਂਗੇ। ਕਿਉਂ ਕਿ ਇਹ ਬਿੱਲ ਨਹੀਂ, ਇਹ ਸਾਡੀ ਜਿਹੜੀ ਹੈ ਗੁਲਾਮੀ ਦੀ ਜਿਹੜੀ ਹੈ ਜੰਜੀਰ ਹੈ। ਕਿਉਂ ਕਿ ਅੱਗੇ ਅਸੀਂ ਦੇਸ਼ ਆਜ਼ਾਦ ਕਰਾਇਆ 1947 ਔਰ ਇਹ ਸਾਨੂੰ ਦੂਜੀ ਲੜਾਈ ਜਿਹੜੀ ਆਪਣੇ ਲੋਕਾਂ ਦੇ ਖਿਲਾਫ਼ ਲੜਨੀ ਪਈ ਹੈ। ਤਾਂ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਲੜਾਈ ਹੈ ਔਰ ਖਾਸ ਕਰਕੇ ਹਿੰਦੁਸਤਾਨ ਦਾ ਜਿਹੜਾ ਨੌਜਵਾਨ ਵਰਗ ਹੈ ਉਹਦੇ ਵਾਸਤੇ ਜਿਹੜੀ ਲੜਾਈ ਲੜਨੀ ਜ਼ਰੂਰੀ ਸੀ। ਔਰ ਉਹਨਾਂ ਦਾ ਸਹਿਯੋਗ ਵੀ ਬਹੁਤ ਮਿਲਿਆ, ਸ਼ਾਂਤੀਪੂਰਕ ਹਰ ਤਰੀਕੇ ਦੇ ਨਾਲ ਜਿਹੜਾ ਬਹੁਤ ਵਧੀਆ ਸਹਿਯੋਗ ਮਿਲਿਆ। ਔਰ ਜਿਹੜਾ ਉਸ ਅਸੀਂ ਉਹਨਾਂ ਦਾ ਨੌਜਵਾਨਾਂ ਦਾ ਵੀ ਇੱਥੇ ਧੰਨਵਾਦ ਕਰਦੇ ਹਾਂ। ਤਾਂ ਅਸੀਂ ਮੋਦੀ ਸਰਕਾਰ ਨੂੰ ਇਹ ਗੱਲ ਜ਼ਰੂਰ ਕਹਾਂਗੇ ਬਈ ਤੂੰ ਜਿਹੜੇ ਬਿੱਲ ਤੁਸੀਂ ਇਹ ਲਿਆਂਦੇ ਆ ਤੁਸੀਂ ਸੋਚੀ ਸਮਝੀ ਰਣਨੀਤੀ ਦੇ ਤਹਿਤ ਲਿਆਂਦੇ ਆ। ਜੇ ਇਹਨੂੰ ਵਿਚਾਰਾਧੀਨ ਕੀਤਾ ਜਾਂਦਾ, ਪਾਰਲੀਮੈਂਟ ਦੇ ਵਿੱਚ ਰੱਖਿਆ ਜਾਂਦਾ, ਪਾਰਲੀਮੈਂਟ ਦੀ ਸਦਨ 'ਚ ਰੱਖਿਆ ਜਾਂਦਾ, ਰਾਜ ਸਭਾ 'ਚ ਸਟੈਂਡਿੰਗ ਕਮੇਟੀ ਸੀ ਤਾਂ ਸ਼ਾਇਦ ਇਹਦਾ ਕੋਈ ਹੱਲ ਨਿਕਲਦਾ, ਹੋਰ ਤਰੀਕਾ ਹੋਰ ਨਿਕਲ ਸਕਦਾ ਸੀ। ਲੇਕਿਨ ਇਹ ਰਾਜਨੀਤੀ ਤੁਹਾਡੀ ਸੋਚੀ ਸਮਝੀ, ਇਹ ਬਿੱਲ ਤੁਹਾਨੂੰ ਵਾਪਸ ਲੈਣੇ ਪੈਣਗੇ। ਧੰਨਵਾਦ।